ਸੰਗਰੂਰ ਲੋਕ ਸਭਾ ਸੀਟ ਤੇ ਜ਼ਿਮਨੀ ਚੋਣ ਦੇ ਲਈ ਸਾਰੇ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀ ਵਿੱਢ ਦਿੱਤੀ ਗਈ ਹੈ, ਪਰ ਸਭ ਤੋਂ ਵੱਧ ਇੱਥੇ ਨਾਮ ਜੋ ਚਰਚਾ ਦੇ ਵਿੱਚ ਹੈ ਉਹ ਆਮ ਆਦਮੀ ਪਾਰਟੀ ਦਾ ਹੈ, ਕਿਉਂਕਿ ਹਾਲਾਂਕਿ 23 ਜੂਨ ਨੂੰ ਇੱਥੇ ਵੋਟਾਂ ਹੋਣ ਜਾ ਰਹੀਆਂ ਨੇ ਜ਼ਿਮਨੀ ਚੋਣ ਦੇ ਲਈ, ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਆਪਣੀ ਹੀ ਆਪਾਂ ਮਨਮਾਨ ਦੀ ਭੈਣ ਦੇ ਪੋਸਟਰ ਜੋ ਹੈ ਸ਼ਹਿਰ ਦੇ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਸੋ ਹਾਲਾਂਕਿ ਆਪ ਸੁਪਰੀਮੋ ਦੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ, ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਵੀ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਗਿਆ, ਪਰ ਸ਼ਹਿਰ ਦੇ ਵਿੱਚ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ। ਸੰਗਰੂਰ ਦੀ ਇਹ ਤਸਵੀਰਾਂ ਨੇ ਜਿੱਥੇ ਕਿ ਸੰਗਰੂਰ ਦੇ ਸ਼ਹਿਰ ਦੇ ਵਿੱਚ ਡੀਸੀ ਰੋਡ ਤੇ ਮਹਾਵੀਰ ਚੌਂਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਇਹ ਪੋਸਟਰ ਲਗਾਏ ਗਏ ਨੇ, ਜਿਸ ਦੇ ਵਿੱਚ ਲਿਖਿਆ ਗਿਆ ਕਿ ਸਾਡੀ ਭੈਣ ਬਣੇਗੀ ਸੰਗਰੂਰ ਦੀ MP। ਸੋ ਹਾਲਾਂਕਿ ਨਾਮ ਚਰਚਾ ਦੇ ਵਿੱਚ ਆ, ਇਸ ਤੋਂ ਇਲਾਵਾ ਭਗਵੰਤ ਮਾਨ ਦੀ ਭੈਣ, ਇਸ ਤੋਂ ਪਹਿਲਾਂ ਵੀ ਇਹ ਚਰਚਾ ਛਿੜੀ ਸੀ ਸਿਆਸੀ ਗਲਿਆਰਿਆਂ ਦੇ ਵਿੱਚ, ਇਸ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਮਨਪ੍ਰੀਤ ਕੌਰ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ CM ਮਾਨ ਦੇ ਜੋ ਕਰੀਬੀ ਪੰਜਾਬੀ ਕਾਮੇਡੀਅਨ ਨੇ, ਜੋ ਦੋਸਤ ਨੇ ਉਹਨਾਂ ਦੇ ਕਰੀਬੀ ਕਰਮਜੀਤ ਅਨਮੋਲ ਅਤੇ ਇੱਕ ਹੋਰ ਪੁਲਿਸ ਅਫਸਰ ਦਾ ਨਾਮ ਵੀ ਚਰਚਾ ਦੇ ਵਿੱਚ ਆ ਰਿਹਾ। ਫਿਲਹਾਲ ਆਪ ਨੇ ਇੱਥੋਂ ਦੀ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ ਹੈ, ਪਰ ਸੰਗਰੂਰ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ, ਅਤੇ ਇਹ ਕਿਸੇ ਆਪ ਵਰਕਰ ਦੇ ਵੱਲੋਂ ਲਗਾਏ ਗਏ ਨੇ। ਸਮੂਹ ਆਪ ਵਲੰਟੀਅਰ ਇਸ ਪੋਸਟਰ ਦੇ ਵਿੱਚ ਲਿਖਿਆ ਹੋਇਆ, ਅਤੇ ਇਹ ਵੀ ਨਾਲ ਲਿਖਿਆ ਗਿਆ ਕਿ ਸਾਡੀ ਭੈਣ ਬਣੇਗੀ ਸੰਗਰੂਰ ਤੋਂ MP, ਸੰਗਰੂਰ ਦੀ ਆਵਾਜ਼। ਮਨਪ੍ਰੀਤ ਕੌਰ ਇਸ ਵਾਰ ਸੰਗਰੂਰ ਦੀ MP ਬਣੇਗੀ। ਹਾਲਾਂਕਿ ਸਾਰੀ ਹੀ ਸਿਆਸੀ ਪਾਰਟੀ ਦੇ ਵੱਲੋਂ ਇਸ ਵੇਲੇ ਹਾਲੇ ਤੱਕ ਕਿਸੇ ਵੀ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਗਿਆ। ਸਾਰੀ ਹੀ ਪਾਰਟੀਆਂ ਮੰਥਨ ਕਰ ਰਹੀਆਂ ਨੇ ਸੰਗਰੂਰ ਤੋਂ ਆਪਣੇ ਕੈਂਡੀਡੇਟਸ ਉਤਾਰਨ ਦੇ ਲਈ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਲਈ ਇਹ ਵਕਾਰ ਦਾ ਵੀ ਸਵਾਲ ਬਣਿਆ ਹੋਇਆ, ਕਿਉਂਕਿ 2.5 ਮਹੀਨੇ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਬਣੇ ਹੋਏ, ਅਤੇ ਜੇਕਰ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਜਿੱਤਦੀ ਹੈ ਤਾਂ ਉਸਦੇ ਕਾਰਜਕਾਲ 'ਤੇ, ਯਾਨੀ ਕਿ ਲੋਕਾਂ ਨੂੰ ਜੇਕਰ ਉਹ ਪਸੰਦ ਆਇਆ ਤਾਂ ਉਸਦੇ ਕਾਰਜਕਾਲ 'ਤੇ, ਚੰਗੇ ਕਾਰਜਕਾਲ 'ਤੇ ਮੋਹਰ ਵੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਆਮ ਆਦਮੀ ਪਾਰਟੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਜੇਕਰ ਉਹ ਇੱਥੋਂ ਜਿੱਤਦੀ ਹੈ ਤਾਂ ਚੰਗਾ ਸੁਨੇਹਾ ਜਾਏਗਾ, ਅਤੇ ਜੇਕਰ ਆਮ ਆਦਮੀ ਪਾਰਟੀ ਇੱਥੋਂ ਇਹ ਸੀਟ ਹਾਰ ਜਾਂਦੀ ਹੈ ਸੰਗਰੂਰ ਦੀ ਤਾਂ ਗਲਤ ਸੁਨੇਹਾ ਵੀ ਜਾ ਸਕਦਾ ਹੈ, ਅਤੇ ਵਿਰੋਧੀ ਵੀ ਇਸ ਨੂੰ ਖੂਬ ਅਪਣਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਤੋਂ ਆਪ ਦਾ, ਦੇਸ਼ ਭਰ ਦੇ ਵਿੱਚ ਭਗਵੰਤ ਮਾਨ ਇਕਲੌਤੇ ਲੋਕ ਸਭਾ ਸਾਂਸਦ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਸੀ ਚੋਣਾਂ ਦੇ ਵਿੱਚ, ਤਾਂ ਸਾਰੇ ਹੀ ਆਪ ਦੇ ਕੈਂਡੀਡੇਟ ਪੰਜਾਬ ਦੇ ਵਿੱਚ ਹਾਰ ਗਏ ਸਨ, ਪਰ ਉਸ ਵੇਲੇ ਇੱਕ ਭਗਵੰਤ ਮਾਨ ਹੀ ਇਕਲੌਤੇ MP ਸਨ ਜੋ ਸੰਗਰੂਰ ਤੋਂ ਇਹ ਸੀਟ ਜਿੱਤੇ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਵਿਸ਼ਵਾਸ ਹੋਇਆ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾ ਸਕਦੀ ਹੈ। ਸੋ ਇਹ ਮਿਹਨਤ ਵੀ ਰੰਗ ਲਿਆਈ ਹੈ, ਪਰ ਆਮ ਆਦਮੀ ਪਾਰਟੀ ਦੇ ਲਈ ਸੰਗਰੂਰ ਲੋਕ ਸਭਾ ਸੀਟ ਵਕਾਰ ਦਾ ਵੀ ਸਵਾਲ ਹੈ। ਸੋ ਇਸ ਨੂੰ ਜਿੱਤਣ ਦੇ ਲਈ ਵੀ ਉਹ ਪੂਰਾ ਜ਼ੋਰ ਲਗਾ ਦੇਣਗੇ। ਇਸ ਤੋਂ ਇਲਾਵਾ 3 ਮੰਤਰੀ, ਮੁੱਖ ਮੰਤਰੀ ਭਗਵੰਤ ਮਾਨ, ਇਸ ਤੋਂ ਇਲਾਵਾ ਜੋ ਵਿੱਤ ਮੰਤਰੀ ਹਰਪਾਲ ਚੀਮਾ ਨੇ ਉਹ ਅਤੇ ਗੁਰਮੀਤ ਸਿੰਘ ਮੀਥੀਅਰ, ਇਹ ਤਿੰਨੋਂ ਵਿਧਾਇਕ ਇੱਥੇ ਮੋਰਚਾ ਸੰਭਾਲਣਗੇ। ਸੋ ਇਸ ਸੀਟ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ, ਵਕਾਰ ਦਾ ਇਹ ਸਵਾਲ ਹੈ। ਪਰ ਇਸ ਦੇ ਨਾਲ ਹੀ ਚਰਚਾ ਦੇ ਵਿੱਚ ਇਹ ਗੱਲ ਹੈ ਕਿ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਲੱਗੇ ਨੇ ਸੰਗਰੂਰ ਦੇ ਵਿੱਚ। ਸੋ ਕੀ ਸੰਗਰੂਰ ਤੋਂ ਮਨਪ੍ਰੀਤ ਕੌਰ ਲੋਕ ਸਭਾ ਸੀਟ 'ਤੇ ਇਲੈਕਸ਼ਨ ਚੋਣ ਲੜੇਗੀ ਜਾਂ ਨਹੀਂ, ਇਸੇ ਸਵਾਲ ਹਜੇ ਬਾਕੀ ਹੈ, ਕਿਉਂਕਿ ਜਦੋਂ ਤੱਕ ਅਧਿਕਾਰਿਕ ਐਲਾਨ ਨਹੀਂ ਹੋ ਜਾਂਦਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਐਲਾਨ ਕੀਤਾ ਜਾਏਗਾ। ਫਿਲਹਾਲ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ, ਕਿਉਂਕਿ ਹਜੇ ਤੱਕ ਕੈਂਡੀਡੇਟਸ ਅਨਾਊਂਸ ਨਹੀਂ ਕੀਤੇ ਗਏ, ਪਰ ਪੋਸਟਰ ਲੱਗਣੇ ਜ਼ਰੂਰ ਸ਼ੁਰੂ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ। ਇਸੇ ਤਰ੍ਹਾਂ ਹੀ ਹੋਰ ਖਬਰਾਂ ਦੀ ਅਪਡੇਟਸ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ TV ਦੇ ਨਾਲ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435032321। ਬਾਬਾ ਯਾਮੀਨ